ਇਹਨਾਂ ਨੇ ਅਗਲਾ ਸਵਾਲ ਕੀਤਾ ਹੈ ਜੀ ਕਿ 1469 ਈਸਵੀ ਤੋਂ ਲੈ ਕੇ 1708 ਈਸਵੀ ਤੱਕ ਕਿਸੇ ਸਰੀਰ ਨੂੰ ਸੰਤ ਸਾਧ ਦੀ ਪਦਵੀ ਮਿਲੀ ਹੈ ਜਾਂ ਸੰਤ ਸਾਧ ਇਹ ਕਦੋਂ ਸ਼ੁਰੂ ਹੋਇਆ ਅਤੇ ਕਿਵੇਂ ਸ਼ੁਰੂ ਹੋਇਆ? ਖੁੱਲ੍ਹੇ ਤੌਰ 'ਤੇ ਤਾਂ ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਤੋਂ ਇਹ ਨਾਂ ਸ਼ੁਰੂ ਹੋਇਆ। ਉਹਦੇ ਤੋਂ ਪਹਿਲਾਂ ਨਿਰਮਲ ਸੰਪਰਦਾ ਸੀ, ਨਿਰਮਲੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੇ ਬਣਾਏ ਉਹਨਾਂ ਵਿੱਚ ਲੋਕ ਕੁਝ ਲੋਕਾਂ ਨੂੰ ਸੰਤ ਕਹਿੰਦੇ ਸੀ। ਪਰ ਜੇ ਪਦਵੀ ਦੀ ਗੱਲ ਕਰੋ, ਕੋਈ ਮਿਥ ਕੇ ਤਾਂ ਭਾਈ ਦੀ ਪਦਵੀ ਵੀ ਦਿੱਤੀ ਨਹੀਂ ਗਈ, ਪ੍ਰਚਲਿਤ ਹੋ ਗਿਆ ਭਾਈ ਕਹਿਣਾ, ਭਰਾ ਕਹਿਣਾ, ਅਤੇ ਗਿਆਨੀ ਕਹਿਣਾ ਵੀ ਪ੍ਰਚਲਿਤ ਹੋ ਗਿਆ। ਕੋਈ ਇਹ ਕਿਤੇ ਸਮਾਗਮ ਹੋ ਕੇ ਨਹੀਂ ਸੀ ਕਿਹਾ ਵੀ ਅੱਜ ਤੋਂ ਲੈ ਕੇ ਇਹ ਕਥਾਵਾਚਕ ਨੂੰ ਗਿਆਨੀ ਕਹਾਂਗੇ। ਇਹ ਚੀਜ਼ਾਂ ਕੋਈ ਇੰਨੀਆਂ ਵੱਡੀਆਂ ਨਹੀਂ, ਬਹੁਤੀਆਂ ਨਹੀਂ, ਮੇਰੇ ਖਿਆਲ ਵਿੱਚ ਇਹਨਾਂ ਨੂੰ ਇੰਨਾ ਕੋਈ ਨਹੀਂ ਕਰਨਾ ਚਾਹੀਦਾ। ਹਾਂ, ਸੰਤ ਅਖਵਾਉਣ ਵਾਲਿਆਂ ਨੂੰ ਪਹਿਲਾਂ ਜ਼ਰੂਰ ਵੇਖ ਲੈਣਾ ਚਾਹੀਦਾ ਵੀ ਮੈਂ ਉਹਦੇ ਯੋਗ ਹਾਂ ਕਿ ਨਹੀਂ, ਉਹ ਇੰਨੀ ਉੱਚੀ ਅੰਦਰ ਦੀ ਅਵਸਥਾ ਹੈ। ਪਰ ਇਸ ਤਰ੍ਹਾਂ ਦੇ ਵਿਵਾਦਾਂ ਦੇ ਨਾਲ ਜਿਵੇਂ ਮੈਂ ਵੇਖਣਾ ਵਿਦੇਸ਼ ਵਿੱਚ ਜਿਹੜੇ ਸਵਾਲ ਕੀਤੇ ਜਾਂਦੇ ਨੇ, 5-6 ਚੀਜ਼ਾਂ ਨੇ ਸਾਡੇ ਕਥਾ ਵੱਜ ਕੇ ਘੰਟਾ ਉਹਨਾਂ ਦੀ ਕਥਾ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਤੇ ਮੱਥੇ ਟੇਕਦੇ ਆਪਾਂ ਬਸ। ਤਾਂ ਉਹਦੇ ਨਾਲ ਮੈਂ ਸੋਚਣਾ ਵੀ ਜੇ ਤੁਸੀਂ ਸੰਤ ਅੱਜ ਮੰਨ ਲਓ ਨਾਮ ਹੀ ਲਾਓ ਸਾਰੇ, ਇਹਦੇ ਨਾਲ ਜੇ ਕੌਮ ਦਾ ਕੋਈ ਸੁਧਾਰ ਹੋ ਸਕਦਾ ਹੋਵੇ ਤਾਂ ਮੇਰੇ ਖਿਆਲ ਵਿੱਚ ਲਾਭ ਹੀ ਦੇਣਾ ਚਾਹੀਦਾ। ਪਰ ਇਹ ਕੋਈ ਸਵਾਲ ਧਰਮ ਦਾ ਨਹੀਂ ਹੈ, ਇਹਦੇ ਨਾਲ ਕੋਈ ਨਾ ਨੁਕਸਾਨ ਹੈ ਨਾ ਫਾਇਦਾ ਹੈ, ਇੱਕ ਅੱਖਰ ਨੇ ਚਾਰ। ਤਾਂ ਇਹਦੇ ਵਿੱਚ ਜੇ ਗੁਰਬਾਣੀ ਵਿੱਚ ਤੁਸੀਂ ਜਾਓ, ਜੇ ਸਿੱਧ ਕਰਨਾ ਹੋਵੇ ਤਾਂ ਗੁਰਬਾਣੀ ਸਿੱਧ ਕਰ ਵੀ ਰਹੀ ਹੈ। ਗੁਰਬਾਣੀ ਦੇ ਵਿੱਚ ਬਹੁਤ ਸਾਧ ਪ੍ਰਹਿਲਾਦ ਸੰਤ ਕੀ ਪੈਜ ਜਨ ਰਾਖੀ, ਇਹ ਸਿੱਧਾ ਲਿਖਿਆ, ਪ੍ਰਹਿਲਾਦ ਨੂੰ ਸੰਤ ਕਿਹਾ। ਹੋਰ ਬੜੇ ਥਾਵਾਂ 'ਤੇ ਸੰਤ ਸ਼ਬਦ ਆਉਂਦਾ, ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ। ਸੰਤ ਦਾ ਅਰਥ ਸਿੱਖ ਹੈ, ਕੋਈ ਬਹੁਤਾ ਵੱਡਾ ਇਹ ਵਿਵਾਦ ਨਹੀਂ ਸੀ। ਇਹਨੂੰ ਅਸੀਂ ਬਿਨਾਂ ਕਾਰਨ ਤੋਂ ਪੈਦਾ ਕੀਤਾ। ਮੇਰੇ ਖਿਆਲ ਵਿੱਚ ਸਾਨੂੰ ਹੋਰ ਮੁੱਦਿਆਂ ਵਿੱਚ ਸਾਡੀ ਕੌਮ ਪਿੱਛੇ ਜਾ ਰਹੀ ਹੈ, ਉਹਨਾਂ ਬਾਰੇ ਚਿੰਤਾ ਕਰਨੀ ਚਾਹੀਦੀ ਹੈ। ਜਾਂ ਫਿਰ ਇਸ ਲਫਜ਼ ਦੇ ਨਾਲ ਸਿੱਖ ਕੌਮ ਦਾ ਕੀ ਨੁਕਸਾਨ ਹੋਇਆ ਇਹਦੇ ਬਾਰੇ ਸਾਨੂੰ ਦੱਸਣਾ ਚਾਹੀਦਾ, ਕਿਉਂਕਿ ਜੇ ਅਸੀਂ ਕਹਿੰਦੇ ਹਾਂ ਫਲਾਣੀ ਬਿਮਾਰੀ ਕੱਢੋ ਧਰਮ ਦੇ ਵਿੱਚੋਂ ਤਾਂ ਉਹਦੇ ਨੁਕਸਾਨ ਵੀ ਸਾਨੂੰ ਦੱਸਣੇ ਪੈਣਗੇ। ਇਸ ਲਈ ਮੈਂ ਇਹਦਾ ਕੋਈ ਮੈਂ ਕਿਸੇ ਹਮਾਇਤੀ ਵੀ ਨਹੀਂ ਵੀ ਜ਼ਰੂਰ ਸੰਤ ਅੱਗੇ ਲਾਓ ਜਾਂ ਨਾ ਲਾਓ, ਪਰ ਮੈਂ ਬੇਨਤੀ ਕਰਨਾ ਸਵਾਲ ਕਰਨ ਵਾਲਿਆਂ ਨੂੰ ਵੀ ਇਹ ਕੋਈ ਧਰਮ ਨਾਲ ਸੰਬੰਧ ਰੱਖਦੀ ਚੀਜ਼ ਨਹੀਂ, ਹੁਣ ਪ੍ਰਚਲਿਤ ਹੋ ਚੁੱਕਾ ਹੈ ਅਤੇ ਨਾ ਇਹ ਹਟਣਾ ਹੈ। ਹੁਣ ਤੁਹਾਡੇ ਸਾਹਮਣੇ ਦਮਦਮੀ ਟਕਸਾਲ ਦੇ ਜੇ ਕੋਈ ਬੰਦਾ ਇੱਥੇ ਕਹਿ ਦੇ ਉੱਠ ਕੇ ਵੀ ਮੈਂ ਸੰਤ ਜਰਨੈਲ ਸਿੰਘ ਨੂੰ ਸੰਤ ਨਹੀਂ ਕਹਿੰਦਾ ਤਾਂ ਫਿਰ ਤੁਸੀਂ ਆਪਣੇ ਆਪ ਹਿਸਾਬ ਲਾ ਲਓ। ਇਹ ਤਾਂ ਚੀਜ਼ਾਂ ਜਿਹੜੀਆਂ ਨੇ ਇੰਨੀਆਂ ਨਹੀਂ ਸਨ ਜਿੰਨੀਆਂ ਅਸੀਂ ਉਹਨਾਂ ਨੂੰ ਬਣਾ ਲਈਆਂ ਨੇ। ਤਾਂ ਸਾਨੂੰ ਇਸ ਮਾਰਗ ਤੋਂ ਜਿਹੜੇ ਵਿਵਾਦ ਨੇ ਇਸ ਟਾਈਮ 'ਤੇ, ਹਾਂ ਕਿਤੇ ਕੌਮ ਇਕੱਠੀ ਹੋਵੇ ਜਿਹੜਾ ਫੈਸਲਾ ਕਰੇਗੀ ਉਹ ਸਾਨੂੰ ਪ੍ਰਵਾਨ ਹੈ, ਜੇ ਉਹ ਲਾਉਣਾ ਤਾਂ ਲਾ ਵੀ ਦੇਣ, ਕੋਈ ਦਿੱਕਤ ਵੀ ਨਹੀਂ। ਪਰ ਇਹ ਕੋਈ ਇੰਨਾ ਵੱਡਾ ਵਿਵਾਦ ਮੇਰੇ ਖਿਆਲ ਵਿੱਚ